ਨੌਕਰੀਆਂ ਰਹਿਣੀਆਂ ਨਹੀਂ, ਜ਼ਮੀਨਾਂ ਤੁਸੀਂ ਵੇਚ ਰਹੇ ਹੋ। ਦੁਨੀਆ ਦੇ ਤੀਜੇ ਸਭ ਤੋਂ ਅਮੀਰ ਆਦਮੀ ਨੇ, ਐਲਨ ਮਸਕ ਨੇ ਇਹ ਚੀਜ਼ ਕਹੀ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਹੀ, ਤੁਸੀਂ ਗੂਗਲ 'ਤੇ ਜਾ ਕੇ ਨਿਊਜ਼ ਸਰਚ ਕਰਿਓ ਕਿ ਐਲਨ ਮਸਕ ਨੇ ਏਆਈ ਨੂੰ ਲੈ ਕੇ ਲੇਟੈਸਟ ਹੀ ਆਪਣੀ ਜਿਹੜਾ ਹੈਗਾ ਸਪੀਚ ਦਿੱਤੀ ਹੈ। ਉਹਦੇ ਵਿੱਚ ਐਲਨ ਮਸਕ ਨੇ ਕਿਹਾ ਵਾ ਕਿ ਆਉਣ ਵਾਲੇ 2-3 ਸਾਲਾਂ ਦੇ ਵਿੱਚ ਨੌਕਰੀਆਂ ਬਹੁਤ ਜ਼ਿਆਦਾ ਘੱਟ ਜਾਣਗੀਆਂ, ਆਮ ਜਿਹੜੇ ਲੋਕ ਨੇ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਜਾਣਗੀਆਂ। ਫੈਕਟਰੀਜ਼, ਵਰਕਰਸ ਵਗੈਰਾ, ਰੈਸਟੋਰੈਂਟ ਵਗੈਰਾ ਦੇ ਵਿੱਚ, ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਰੋਬੋਟਸ ਦਾ ਜ਼ਿਆਦਾ ਇਸਤੇਮਾਲ ਹੋਵੇਗਾ, ਆਰਟੀਫਿਸ਼ਲ ਇੰਟੈਲੀਜੈਂਸ ਜ਼ਿਆਦਾ ਕੰਮ ਕਰੇਗੀ। ਡਾਕਟਰਸ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਵੀ ਰੋਬੋਟਸ ਲਾਏ ਜਾਣਗੇ, ਕਿਉਂਕਿ ਉਹਨਾਂ ਨੇ ਹੁਣ ਐਲਨ ਮਸਕ ਨੇ ਹੁਣ ਨਿਊਰਾਲਿੰਕ ਲਾਉਣ ਦੀ ਨਾ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਬ੍ਰੇਨ ਜਿਹਨਾਂ ਲੋਕਾਂ ਦਾ ਬ੍ਰੇਨ ਡੈਡ ਹੈ ਜਾਂ ਜਿਹੜੇ ਲੋਕ ਸੁਣ ਨਹੀਂ ਸਕਦੇ ਜਾਂ ਜਿਹੜੇ ਲੋਕ ਦੇਖ ਨਹੀਂ ਸੀ ਸਕਦੇ, ਉਹ ਇਸ ਨਿਊਰਾਲਿੰਕ ਦੀ ਹੈਲਪ ਦੇ ਨਾਲ ਇਹ ਸਾਰੀਆਂ ਚੀਜ਼ਾਂ ਕਰ ਸਕਣਗੇ। ਅਤੇ ਆਰਟੀਫਿਸ਼ਲ ਇੰਟੈਲੀਜੈਂਸ ਇਸ ਹੱਦ ਤੱਕ ਵੱਧ ਜਾਏਗੀ ਕਿ ਉਹਨੇ ਇਨਸਾਨਾਂ ਨੂੰ ਰਿਪਲੇਸ ਕਰਨਾ ਸ਼ੁਰੂ ਕਰ ਦੇਣਾ। ਨੌਕਰੀਆਂ ਰਹਿਣੀਆਂ ਨਹੀਂ, ਜ਼ਮੀਨਾਂ ਤੁਸੀਂ ਵੇਚ ਰਹੇ ਹੋ, ਅਤੇ ਫਿਰ ਤੁਹਾਡਾ ਗੁਜ਼ਾਰਾ ਕਿੱਦਾਂ ਹੋਊਗਾ? ਜੇ ਅੱਜ ਤੁਸੀਂ ਵੀ ਕਿਸੇ ਨੌਕਰੀ ਦੇ ਥਾਂ ਦੇ ਉੱਤੇ ਰਹਿ ਰਹੇ ਹੋ, ਨੌਕਰੀ ਕਰ ਰਹੇ ਹੋ, ਅਤੇ ਕੁਛ ਇਹੋ ਜਿਹੀ ਜਾਇਦਾਦ ਬਣਾਉਣ ਦੀ ਕੋਸ਼ਿਸ਼ ਕਰੋ, ਕੁਛ ਇਹੋ ਜਿਹੇ ਥੋੜ੍ਹਾ ਬਹੁਤ ਕੰਮ ਕਰਨ ਦੀ ਕੋਸ਼ਿਸ਼ ਕਰੋ ਜੋ ਬਾਈ ਚਾਂਸ ਤੁਹਾਡੀ, ਪਰਮਾਤਮਾ ਨਾ ਕਰੇ, ਤੁਹਾਡੀ ਨੌਕਰੀ ਖਤਰੇ ਦੇ ਵਿੱਚ ਆ ਜਾਏ, ਉਹ ਤੁਹਾਡਾ ਸਹਾਰਾ ਬਣ ਸਕੇ। ਦੇਖੋ, ਜਿਹੜੇ ਬਾਹਰਲੇ ਦੇਸ਼ਾਂ ਤੋਂ ਇਹ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਖਾਸ ਕਰਕੇ ਜ਼ਿਆਦਾ ਜ਼ਰੂਰੀ ਹੈ ਕਿ ਜੇ ਤੁਹਾਡੀ ਪੰਜਾਬ ਦੇ ਵਿੱਚ ਜ਼ਮੀਨ ਹੈ, ਉਹਨਾਂ ਨੂੰ ਥੋੜ੍ਹੀ ਬਹੁਤ ਬਚਾਉਣ ਦੀ ਕੋਸ਼ਿਸ਼ ਕਰ ਲਓ। ਜੇ ਮੰਨ ਲਓ ਕੱਲ੍ਹ ਨੂੰ ਤੁਹਾਡਾ ਬਾਹਰ ਜਿਹੜਾ ਫੋਰਨ ਕੰਟਰੀ ਸੀ ਉਹਦੇ ਵਿੱਚ ਤੁਹਾਡਾ ਨਾ ਸੂਤਰਾ ਹੈ, ਤੁਹਾਡਾ ਕੰਫਰਟੇਬਲ ਤੁਹਾਨੂੰ ਨਾ ਲੱਗੇ, ਤਾਂ ਤੁਸੀਂ ਆ ਕੇ ਘੱਟੋ ਘੱਟ ਤੁਹਾਡਾ ਕੋਈ ਰਹਿਣ ਬਸੇਰਾ ਤਾਂ ਹੋਣਾ ਚਾਹੀਦਾ ਨਾ, ਤੁਸੀਂ ਕਿਤੇ ਆ ਕੇ ਬੈਠ ਤਾਂ ਸਕੋਗੇ, ਤੁਹਾਡਾ ਕੋਈ ਇਨਕਮ ਦਾ ਸੋਰਸ ਤਾਂ ਹੋਵੇਗਾ। ਜੇ ਤੁਸੀਂ ਸਾਰੇ ਇੱਥੋਂ ਖਤਮ ਕਰਤੇ, ਤੁਹਾਡਾ ਆ ਕੇ ਇੱਥੇ ਵਸਣ ਦਾ ਵੀ ਜਿਹੜਾ ਤੁਹਾਡੇ ਖਿਆਲ ਹੈ ਨਾ ਮਨ ਦੇ ਵਿੱਚ, ਉਹ ਵੀ ਖਤਮ ਹੋ ਜਾਣਾ, ਤੁਸੀਂ ਇੱਥੇ ਆ ਕੇ ਕਦੀ ਰਹਿ ਨਹੀਂ ਸਕੋਗੇ। ਅੱਜ ਦੇ ਟਾਈਮ ਦੇ ਵਿੱਚ ਜਿਹਦਾ ਥੋੜ੍ਹਾ ਬਹੁਤ ਕਾਰੋਬਾਰ ਹੈ ਨਾ, ਉਹ ਕੱਲ੍ਹ ਨੂੰ ਇਹਨੂੰ ਜਿੰਨਾ ਮਰਜ਼ੀ ਵਧਾ ਸਕਦਾ। ਜਿਹਨੇ ਅੱਜ ਸ਼ੁਰੂ ਕੀਤਾ ਹੀ ਨਹੀਂ, ਜਿਹਦੀ ਨੌਕਰੀ ਦੇ ਸਹਾਰੇ ਆ ਕਿ ਅੱਜ ਮੇਰੀ ਦਿਹਾੜੀ ਲੱਗ ਗਈ ਅਤੇ ਕੱਲ੍ਹ ਨੂੰ ਨਵੀਂ ਦਿਹਾੜੀ ਲੱਭ ਲਵਾਂਗੇ, ਇਹੋ ਜਿਹੇ ਬੜੇ ਸਾਰੇ ਅੱਜ ਕੱਲ੍ਹ ਪੰਜਾਬੀ ਵੀ ਨੇ ਫੋਰਨ ਕੰਟਰੀਜ਼ ਵਿੱਚ ਵੀ, ਜੋ ਸਿਰਫ ਘੰਟਿਆਂ ਦੇ ਉੱਤੇ ਕੰਮ ਕਰਦੇ ਨੇ, ਵੀ ਕਿ ਅੱਜ 3-4 ਘੰਟੇ ਇੱਥੇ ਕੰਮ ਕਰ ਲਿਆ, ਕੱਲ੍ਹ 3-4 ਘੰਟੇ ਅਸੀਂ ਉੱਥੇ ਕੰਮ ਕਰ ਲਾਂਗੇ ਅਤੇ ਸਾਡਾ ਗੁਜ਼ਾਰਾ ਹੋ ਜਾਊਗਾ। ਇਹ ਗੁਜ਼ਾਰਾ ਕਿੰਨੇ ਕੁ ਟਾਈਮ ਤੱਕ ਹੋਊਗਾ? ਥੋੜ੍ਹੇ ਟਾਈਮ ਤੱਕ ਹੀ ਹੋਊਗਾ, ਕਿਉਂਕਿ ਜਿੰਨੀ ਜ਼ਿਆਦਾ ਪਾਪੂਲੇਸ਼ਨ ਜਾਂਦੀ ਪਈ ਹੈ ਇਹਨਾਂ ਦੇਸ਼ਾਂ ਦੇ ਵਿੱਚੋਂ, ਇੰਡੀਆ, ਚਾਈਨਾ, ਜਾਪਾਨ ਵਗੈਰਾ ਦੇ ਦੇਸ਼ਾਂ ਦੇ ਵਿੱਚੋਂ ਬਹੁਤ ਜ਼ਿਆਦਾ ਪਾਪੂਲੇਸ਼ਨ ਜਾਂਦੀ ਪਈ ਆ ਇਹਨਾਂ ਕੰਟਰੀਜ਼ ਦੇ ਵਿੱਚ, ਨੌਰਥ ਅਮੈਰੀਕਾ, ਸਾਊਥ ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਸਾਰੇ ਕੰਟੀਨੈਂਟਸ ਦੇ ਵਿੱਚ ਬੜੀ ਜ਼ਿਆਦਾ ਪਾਪੂਲੇਸ਼ਨ ਜਾਂਦੀ ਪਈ ਹੈ, ਅਤੇ ਇਹਨੇ ਤੁਹਾਨੂੰ ਰਿਪਲੇਸ ਕਰਨਾ ਹੀ ਹੈ ਨਾ ਇੱਕ ਦਿਨ। ਸਸਤੀ ਲੇਬਰ ਕਰਕੇ ਹੀ ਤੁਸੀਂ ਅੱਜ ਉੱਥੇ ਟਿਕੇ ਹੋਏ ਹੋ, ਤੁਹਾਡੇ ਤੋਂ ਕੋਈ ਸਸਤਾ ਕੰਮ ਕਰਨ ਵਾਲਾ ਲੱਭ ਗਿਆ ਤਾਂ ਤੁਹਾਨੂੰ ਕਿਸੇ ਨੇ ਕੱਢ ਦੇਣਾ ਬਾਹਰ। ਆਪਣੀ ਇੰਨੀ ਕੁ ਜ਼ਿਆਦਾ ਜਿੱਥੇ ਵੀ ਤੁਸੀਂ ਇਸ ਟਾਈਮ ਰਹਿ ਰਹੇ ਹੋ, ਥੋੜ੍ਹੀ ਬਹੁਤ ਜ਼ਿਆਦਾ ਉੱਥੇ ਬਣਾਉਣ ਦੀ ਕੋਸ਼ਿਸ਼ ਕਰੋ ਕਿ ਕੱਲ੍ਹ ਨੂੰ ਤੁਹਾਡੇ ਉੱਤੇ ਔਖਾ ਟਾਈਮ ਆ ਜਾਏ, ਤੁਹਾਨੂੰ ਕੋਈ ਕੰਮ ਨਾ ਤੁਸੀਂ ਕਰਨ ਦੇ ਲਾਇਕ ਹੋ, ਅਤੇ ਤੁਸੀਂ ਤੁਹਾਡਾ ਗੁਜ਼ਾਰਾ ਤਾਂ ਚੱਲ ਸਕੇ ਨਾ। ਸਿਰਫ ਸਰਕਾਰਾਂ ਦੇ ਉੱਤੇ ਡਿਪੈਂਡੈਂਟ ਨਾ ਰਹੋ, ਘੱਟੋ ਘੱਟ ਤੁਹਾਡਾ ਆਪਣਾ ਘਰ ਹੋਵੇ, ਤੁਹਾਡਾ ਆਪਣਾ ਘਰ ਹੋਵੇ, ਥੋੜ੍ਹੀ ਬਹੁਤ ਤੁਹਾਡੀ ਇਨਵੈਸਟਮੈਂਟ ਕਿਤੇ ਨਾ ਕਿਤੇ ਹੋਵੇ, ਥੋੜ੍ਹਾ ਬਹੁਤ ਤੁਹਾਡਾ ਬੈਂਕ ਬੈਲੈਂਸ ਹੋਵੇ, ਤਾਂ ਕਿ ਤੁਹਾਡੇ ਔਖੇ ਸਮੇਂ ਦੇ ਵਿੱਚ ਇਹ ਤੁਹਾਡਾ ਸਾਥ ਦੇ ਸਕੇ।
ਨੌਕਰੀਆਂ ਵਾਕਿਆ ਹੀ ਬਹੁਤ ਘੱਟ ਜਾਣੀਆਂ, ਇਹ ਸਾਨੂੰ ਵੀ ਦੇਖਦਾ ਪਿਆ ਤੇ ਤੁਹਾਨੂੰ ਵੀ ਇਸ ਸੱਚਾਈ ਦਾ ਪਤਾ ਹੈ, ਤੇ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨਾ ਸ਼ੁਰੂ ਕਰੋ। ਆਪਣੀਆਂ ਪ੍ਰੋਪਰਟੀਜ਼ ਥੋੜ੍ਹੀ ਬਹੁਤ ਦੇਖੋ, ਜ਼ਮੀਨ, ਐਗਰੀਕਲਚਰ, ਫਾਰਮਿੰਗ, ਇਹ ਸਭ ਤੋਂ ਜ਼ਿਆਦਾ ਪ੍ਰੋਫੀਟੇਬਲ ਬਿਜ਼ਨਸ ਹੁੰਦੇ ਨੇ, ਅਤੇ ਜ਼ਮੀਨ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ। ਜੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਜ਼ਮੀਨ ਲੈ ਕੇ ਬੈਠਾ ਨਾ, ਉਹ ਇੱਕ ਬਹੁਤ ਵੱਡੀ ਇਨਵੈਸਟਮੈਂਟ ਕਰਕੇ ਬੈਠਾ, ਕਿਉਂਕਿ ਕੱਲ੍ਹ ਨੂੰ ਜ਼ਮੀਨ ਹੀ ਲੋਕਾਂ ਨੂੰ ਨਹੀਂ ਲੱਭਣੀ। ਵੱਡੇ ਵੱਡੇ ਕਾਰਪੋਰੇਟਸ ਕਿਉਂ ਜ਼ਮੀਨਾਂ ਲੱਭਦੇ ਪਏ ਨੇ? ਇਸੇ ਕਰਕੇ ਲੱਭਦੇ ਪਏ ਨੇ ਕਿਉਂਕਿ ਉਹਨਾਂ ਨੂੰ ਜ਼ਮੀਨ ਦੀ ਕੀਮਤ ਦਾ ਪਤਾ ਹੈ ਕਿ ਇਹਦੇ ਵਿੱਚੋਂ ਉਹ ਕੀ ਕੱਢ ਸਕਦੇ ਨੇ, ਜੋ ਅੱਜ ਅਸੀਂ ਇਹਦੇ ਵਿੱਚੋਂ ਨਹੀਂ ਨਾ ਕੱਢ ਸਕੇ। ਵੱਡੇ ਵੱਡੇ ਕਾਰਪੋਰੇਟਸ ਇਹਦੇ ਵਿੱਚੋਂ ਕੱਢਣ ਦੀ ਸੋਚ ਰਹੇ ਨੇ। ਜ਼ਰੂਰ ਇਸ ਚੀਜ਼ਾਂ 'ਤੇ ਗੌਰ ਕਰੋ, ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਕਿਉਂਕਿ ਇਹੋ ਜਿਹੇ ਬੜੇ ਸਾਰੇ ਯੰਗਸਟਰ ਹੈਗੇ ਨੇ, ਨੌਜਵਾਨ, ਜੋ ਅੱਜ ਸਿਰਫ ਅੱਜ ਦੇ ਵਿੱਚ ਰਹਿ ਰਹੇ ਹੈ, ਅੱਗੇ ਉਹਨਾਂ ਨੂੰ ਫਿਊਚਰ ਦਾ ਨਹੀਂ ਪਤਾ, ਫਿਊਚਰ ਬਾਰੇ ਸੋਚ ਹੀ ਨਹੀਂ ਰਹੇ ਕਿ ਕੱਲ੍ਹ ਨੂੰ ਸਾਨੂੰ ਦਿਹਾੜੀ ਨਾ ਮਿਲੀ, ਕੱਲ੍ਹ ਨੂੰ ਸਾਡੇ ਕੋਲ ਆਹ ਚੀਜ਼ ਨਾ ਹੋਈ ਅਤੇ ਅਸੀਂ ਇੱਦਾਂ ਸਰਵਾਈਵ ਕਿਵੇਂ ਕਰਾਂਗੇ। ਸੋਚਿਓ ਜ਼ਰੂਰ, ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਕੱਲ੍ਹ ਨੂੰ ਆਪਾਂ ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ, ਤਦ ਤੱਕ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।